ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਗਤਾਰ। ਪੰਜਾਬੀ ਪੋਡਕਾਸਟ ਜਦੋਂ ਆਪਾਂ ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਤੇ ਆਪਾਂ ਕਿਹਾ ਸੀ ਕਿ ਆਪਾਂ ਪੰਜਾਬੀ ਪੋਡਕਾਸਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਬਾਰੇ, ਪੰਜਾਬੀ ਬਾਰੇ ਤੇ ਪੰਜਾਬੀਅਤ ਬਾਰੇ। ਤੇ ਹੁਣ ਇਹਦੇ ਲਗਭਗ 45 ਐਪੀਸੋਡ ਆ ਚੁੱਕੇ ਨੇ ਤੇ ਮੈਨੂੰ ਕੁਝ ਮੇਰੇ ਮਿੱਤਰਾਂ ਨੇ ਥੋੜ੍ਹੀ ਦੇਰ ਹੋਈ ਪੁੱਛਣਾ ਸ਼ੁਰੂ ਕਰ ਦਿੱਤਾ ਕਿ 50ਵੇਂ ਐਪੀਸੋਡ ਲਈ ਕੀ ਕਰ ਰਹੇ ਹਾਂ। ਅਤੇ ਮੇਰੇ ਮਨ ਵਿੱਚ ਅੱਜ ਇੱਕ ਖਿਆਲ ਆਇਆ ਅਤੇ ਮੈਂ ਫਿਰ ਆਹ 50ਵਾਂ ਐਪੀਸੋਡ ਪਹਿਲਾਂ ਹੀ ਰਿਕਾਰਡ ਕਰ ਰਿਹਾ ਅਤੇ ਹਾਲੇ ਹੋਰ ਥੋੜ੍ਹੇ ਜਿਹਾ ਐਪੀਸੋਡ ਆਉਣੇ ਨੇ ਅਤੇ ਫਿਰ ਇਹ ਐਪੀਸੋਡ ਆਊਗਾ। ਅਤੇ ਮੈਂ ਸੋਚਿਆ, ਮੈਂ ਕਿਹਾ ਕਿਉਂ ਨਾ ਇਹਨੂੰ ਜਿਹੜੀ ਪਹਿਲੀ ਚੀਜ਼ ਆ ਕਿ ਪੰਜਾਬੀ ਬਾਰੇ ਹੀ ਇਸ ਐਪੀਸੋਡ ਨੂੰ ਬਣਾ ਲਿਆ ਜਾਵੇ, ਕਿਉਂਕਿ ਜੇ ਆਪਾਂ ਕਹੀਏ ਜੀ ਆਹ ਮਹਿਮਾਨ ਸਪੈਸ਼ਲ ਆ ਅਤੇ ਆਹ ਮਹਿਮਾਨ ਸਪੈਸ਼ਲ ਆ, ਸਾਡੇ ਤਾਂ ਸਾਰੇ ਹੀ ਸਪੈਸ਼ਲ ਆ। ਅਤੇ ਇਸ ਕਰਕੇ ਆਪਾਂ ਇਹ ਸੋਚਣਾ ਕਿ ਸਾਨੂੰ ਸਭ ਤੋਂ ਵੱਧ ਕਿਹੜੀ ਚੀਜ਼ ਖਾਸ ਆ, ਉਹ ਸਾਡੇ ਲਈ ਹੈ ਸਾਡੀ ਪੰਜਾਬੀ ਜ਼ੁਬਾਨ। ਇੱਕ ਮੈਂ ਹੋਰ ਗੱਲ ਇੱਥੇ ਕਰਨੀ ਸੀ ਕਿ ਪੰਜਾਬੀ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸੋਚਦਾ ਸੀਗਾ ਕਿ ਕਿੱਦਾਂ ਦੀ ਗੱਲ ਹੋਣੀ ਚਾਹੀਦੀ, ਕਿਉਂਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਬਹੁਤ ਵਾਰੀ ਗੱਲ ਕੀਤੀ ਆ ਕਿ ਜਦੋਂ ਵੀ ਆਪਾਂ ਕਿਸੇ ਇੰਟਰਵਿਊ ਵਗੈਰਾ 'ਚ ਜਾਂਦੇ ਹਾਂ ਅਤੇ ਉੱਥੇ ਸਾਨੂੰ ਬਹੁਤ ਟ੍ਰੈਡੀਸ਼ਨਲ ਗੱਲਾਂ ਕਰਨੀਆਂ ਪੈਂਦੀਆਂ ਅਤੇ ਇੱਕ ਪੈਟਰਨ ਬਣ ਚੁੱਕਾ, ਉਹੀ ਸਾਰੇ ਗੱਲਾਂ ਕਰਦੇ ਆ। ਮੈਂ ਚਾਹੁੰਦਾ ਸੀ ਕੁਝ ਵੱਖ ਕਰਨਾ ਅਤੇ ਮੈਂ ਇਹ ਬਹੁਤ ਚਿਰ ਪਹਿਲਾਂ ਇਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀਗਾ। ਮੇਰਾ ਖਿਆਲ 2019 ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਡੇ ਸਵਰਗਵਾਸੀ ਬੜੇ ਭਰਾ ਸਰਦੂਲ ਸਿਕੰਦਰ ਜੀ ਹੁਣਾਂ ਦੇ ਨਾਲ ਇਹਦੇ ਬਾਰੇ ਗੱਲ ਕੀਤੀ ਸੀ ਅਤੇ ਮੈਂ ਉਹਨਾਂ ਨੂੰ ਇੱਕ ਮੈਸੇਜ ਛੱਡਿਆ, ਮੈਂ ਕਿਹਾ ਮੈਂ ਇੱਦਾਂ ਕਰਨਾ ਚਾਹੁੰਦਾ। ਅਤੇ ਮੈਂ ਸੋਚਿਆ, ਮੈਂ ਕਿਹਾ ਇੱਦਾਂ ਕਰਾਂਗੇ, ਆਪਾਂ ਤੁਹਾਡੇ ਬਾਰੇ ਸਾਰੇ ਗੱਲਾਂ ਕਰਦੇ, ਆਪਾਂ ਉਹ ਗੱਲ ਹੀ ਸ਼ੁਰੂ ਨਹੀਂ ਕਰਨੀ, ਆਪਾਂ ਤੁਹਾਡੇ ਫਾਦਰ ਸਾਹਿਬ ਹੋਣਾ ਬਾਰੇ ਗੱਲਬਾਤ ਸ਼ੁਰੂ ਕਰਾਂਗੇ ਅਤੇ ਫਿਰ ਦੇਖਾਂਗੇ ਕਿੱਧਰ ਨੂੰ ਜਾਂਦੀ ਆ। ਅਤੇ ਉਹਨਾਂ ਨੇ ਉਦੋਂ ਮੈਨੂੰ ਇੱਕ ਮੈਸੇਜ ਛੱਡਿਆ ਸੀ ਅਤੇ ਪਹਿਲਾਂ ਆਪਾਂ ਉਹ ਮੈਸੇਜ ਸੁਣਦੇ ਹਾਂ। ਹਾਂਜੀ ਸਿਕੰਦਰ, ਬਹੁਤ ਵਧੀਆ ਆਈਡੀਆ ਚ ਹੈ। ਆਪਾਂ ਹਰ ਇੰਟਰਵਿਊ ਚ ਬੜੇ ਸਪੈਸੀਫਿਕੇਟਡ ਜੋ ਕਿ ਪੇਸ਼ ਹੁੰਦੇ ਆ ਤੇ ਬੜੀਆਂ ਉਹ ਗੱਲਾਂ ਆਮ ਦੱਸਦੇ ਆ ਜਿਹੜੀਆਂ ਚੰਗੀਆਂ ਹੁੰਦੀਆਂ, ਪਰ ਬਹੁਤ ਜਿਹੜੀਆਂ ਨੈਚੁਰਲ ਹੁੰਦੀਆਂ ਉਹ ਆਪਾਂ ਗੱਲਾਂ ਕਈ ਵਾਰ ਨਹੀਂ ਕਰਦੇ ਲੋਕਾਂ ਨਾਲ ਨਾ, ਜਿਹੜੀਆਂ ਆਪਾਂ ਹੋਰ ਹੀ ਹੋਣ ਜਾਂਦੇ ਹਾਂ ਮਾਈਕ ਤੇ ਕੈਮਰੇ ਅੱਗੇ ਹੋਰ ਹੀ ਹੋ ਜਾਂਦੇ ਆ। ਕੋਈ ਨਹੀਂ, ਆਪਾਂ ਕੋਸ਼ਿਸ਼ ਕਰਾਂਗੇ ਨੈਚੁਰਲ ਇੱਕ ਇੰਟਰਵਿਊ ਕਰਨ ਦੀ, ਦੋ ਕਰਾਂਗੇ ਜਿਵੇਂ ਤੁਸੀਂ ਕਿਹਾ ਫਾਦਰ ਸਾਹਿਬ ਪਰਿਵਾਰ ਬਾਰੇ, ਇੱਕ ਆਪਾਂ ਆਪਣੀ ਲਾਈਫ ਬਾਰੇ। ਮੈਨੂੰ ਦੱਸ ਦਿਓ ਜਦੋਂ ਤੁਹਾਨੂੰ ਟਾਈਮ ਹੈ, ਆਪਾਂ ਉਦੋਂ ਕਰ ਲਾਂਗੇ ਆਪਣੇ 18 ਅਕਤੂਬਰ ਤੋਂ ਬਾਅਦ ਆਪਾਂ ਜਾਂ ਰੱਖ ਲੈਂਦੇ ਹਾਂ, ਜਾਂ ਤੁਹਾਨੂੰ ਪਹਿਲਾਂ ਠੀਕ ਲੱਗਦਾ ਉਹ ਫਿਰ ਪਹਿਲਾਂ ਤੁਸੀਂ ਦੱਸ ਦਿਓ। ਕੋਈ ਗੱਲ ਨਹੀਂ, ਆਪਾਂ ਕਰਾਂਗੇ ਜ਼ਰੂਰ। ਬਹੁਤ ਵਧੀਆ ਗੱਲ ਹੈ, ਥੈਂਕ ਯੂ, ਗੋਡ ਬਲੈਸ ਯੂ, ਜਿਉਂਦੇ ਰਹੋ, ਸੱਚੇ ਪਾਤਸ਼ਾਹ ਭਾਗ ਲਾ ਕੇ ਰੱਖਣ। ਜੇ ਕਿਤੇ ਸਾਡੀ ਸਰਦੂਲ ਸਿਕੰਦਰ ਹੁਣਾਂ ਦੇ ਨਾਲ ਇੱਦਾਂ ਪੋਡਕਾਸਟ ਹੋ ਜਾਂਦੀ ਤਾਂ ਉਹ ਇੱਕ ਯਾਦਗਾਰ ਬਣ ਜਾਣੀ ਸੀ, ਪਰ ਉਹ ਨਹੀਂ ਸੀ ਮਨਜ਼ੂਰ ਰੱਬ ਨੂੰ ਅਤੇ ਉਹ ਨਹੀਂ ਹੋ ਸਕਿਆ, ਕਿਉਂਕਿ ਫਿਰ ਇੰਡੀਆ ਦੇ ਵਿੱਚ ਪਹਿਲਾਂ ਕਿਸਾਨ ਲਹਿਰ ਚੱਲ ਪਈ ਅਤੇ ਸਾਡਾ ਸਾਰਿਆਂ ਦਾ ਧਿਆਨ ਉੱਧਰ ਹੋ ਗਿਆ ਅਤੇ ਪੋਡਕਾਸਟ ਆਪਾਂ 1.5 ਸਾਲ ਡਿਲੇ ਕਰ ਦਿੱਤੀ। ਉਹ ਤੋਂ ਬਾਅਦ ਇਹ ਬਹੁਤ ਪੁਰਾਣਾ ਮੈਸੇਜ ਆ ਅਤੇ ਉਹ ਤੋਂ ਬਾਅਦ ਜਦੋਂ ਸ਼ੁਰੂ ਕੀਤੀ ਅਤੇ ਇੱਕਦਮ ਉਹਨਾਂ ਨੂੰ ਜੋ ਥੋੜ੍ਹੀ ਜਿਹੀ ਬਿਮਾਰੀ ਹੋਈ ਅਤੇ ਉਹਦੇ ਨਾਲ ਉਹ ਬਹੁਤ ਜਲਦੀ ਸਾਤੋਂ ਦੂਰ ਚਲੇ ਗਏ ਅਤੇ ਇਹ ਬਹੁਤ ਸਦਮਾ ਹੋਇਆ ਸਾਨੂੰ ਅਤੇ ਬਹੁਤ ਬੜਾ ਘਾਟਾ ਪਿਆ। ਉਹਨਾਂ ਦੀਆਂ ਗੱਲਾਂ ਬਹੁਤ ਹੀ ਵਧੀਆ ਹੁੰਦੀਆਂ ਸੀ ਅਤੇ ਉਹਨਾਂ ਨੂੰ ਗੱਲ ਨੂੰ ਬਹੁਤ ਇੰਟਰਸਟਿੰਗ ਤਰੀਕੇ ਨਾਲ ਪੇਸ਼ ਕਰਨ ਦਾ ਉਹਨਾਂ ਦਾ ਜਿਹੜਾ ਲਹਿਜਾ ਸੀਗਾ ਉਹਨਾਂ ਨੂੰ ਇੱਕ ਤਰੀਕਾ ਸੀਗਾ ਅਤੇ ਮੈਂ ਚਾਹੁੰਦਾ ਸੀ ਕਿ ਵਾਰ ਵਾਰ ਉਹ ਮੇਰੇ ਨਾਲ ਆ ਕੇ ਆਪਾਂ ਪੰਜਾਬੀ ਬਾਰੇ ਜਾਂ ਹੋਰ ਪੰਜਾਬ ਬਾਰੇ ਜਾਂ ਉੱਦਾਂ ਹੀ ਪੰਜਾਬੀ 'ਚ ਵਿਹਲੀਆਂ ਗੱਲਾਂ ਕਰੀਏ, ਪਰ ਚਲੋ ਉਹ ਨਹੀਂ ਹੋ ਸਕਿਆ। ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਮੈਂ ਦੇਖਿਆ ਕਿ ਜਿਹੜੇ ਮੈਸੇਜ ਆਉਂਦੇ ਨੇ ਉਹਨਾਂ ਵਿੱਚ ਬਹੁਤ ਲੋਕ ਇਹ ਲਿਖਦੇ ਆ ਕਿ ਪੰਜਾਬੀ ਦੇ ਨਵੇਂ ਨਵੇਂ ਸ਼ਬਦ ਉਹਨਾਂ ਨੂੰ ਹਰ ਐਪੀਸੋਡ ਦੇ ਵਿੱਚ ਸਿੱਖਣ ਨੂੰ ਮਿਲਦੇ ਆ। ਇਹ ਸਾਡੀ ਕੋਈ ਐਸੀ ਕੋਈ ਇਹਦੇ ਬਾਰੇ ਇੰਟੈਂਸ਼ਨ ਨਹੀਂ ਹੈਗੀ ਕਿ ਆਪਾਂ ਇਹ ਕਰਨਾ, ਪਰ ਜਦੋਂ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਹਾਂ, ਪੰਜਾਬੀ 'ਚ ਗੱਲਬਾਤ ਕਰਦੇ ਹਾਂ ਤਾਂ ਵਿੱਚ ਵਿੱਚ ਇੱਦਾਂ ਅੰਗਰੇਜ਼ੀ ਦੇ ਸ਼ਬਦ ਵੀ ਆ ਜਾਂਦੇ ਜਿੱਦਾਂ ਮੈਂ ਇੰਟੈਂਸ਼ਨ ਕਿਹਾ, ਅਤੇ ਪਰ ਬਹੁਤਾ ਫੋਕਸ ਪੰਜਾਬੀ 'ਤੇ ਹੁੰਦਾ ਅਤੇ ਕੋਈ ਨਾ ਕੋਈ ਪੰਜਾਬੀ ਦਾ ਸ਼ਬਦ ਫਿਰ ਵਿੱਚ ਨਵਾਂ ਆ ਹੀ ਜਾਂਦਾ। ਪਰ ਆਪਾਂ ਅੱਜ ਦੇ 50ਵੇਂ ਐਪੀਸੋਡ ਨੂੰ ਪੰਜਾਬੀ ਦਾ ਸਪੈਸ਼ਲੀ ਐਪੀਸੋਡ ਬਣਾਉਣਾ ਅਤੇ ਜਿੱਦਾਂ ਸਾਡੇ ਪੰਜਾਬੀ ਦੇ ਪੰਜਾਬੀ ਪੋਡਕਾਸਟ ਦੇ ਐਪੀਸੋਡਾਂ ਦੇ ਵਿੱਚ ਜਿੱਧਰ ਨੂੰ ਗੱਲ ਚੱਲਦੀ ਆ ਚੱਲ ਜਾਂਦੀ ਆ,
ਤੇ ਜਦੋਂ ਕੋਈ ਬੰਦਾ ਕੋਈ ਇੱਕ ਸ਼ਬਦ ਕਹਿੰਦਾ ਜਾਂ ਕੋਈ ਗੱਲ ਸੁਣਾਉਂਦਾ ਉਹਦੇ ਨਾਲ ਦੂਜੇ ਦੇ ਮਨ ਵਿੱਚ ਮਹਿਮਾਨ ਦੇ ਮਨ ਵਿੱਚ ਜਾਂ ਮੇਰੇ ਮਨ ਵਿੱਚ ਕੋਈ ਹੋਰ ਗੱਲ ਤੁਰ ਪੈਂਦੀ ਆ ਅਤੇ ਉਹ ਯਾਦ ਆ ਜਾਂਦੀ ਕੋਈ ਗੱਲ ਅਤੇ ਉਹ ਫਿਰ ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਆ। ਮੈਨੂੰ ਇਹਦੇ ਨਾਲ ਦੀ ਇੱਕ ਨਾ ਕਵਿਤਾ ਲਿਖ ਕੇ ਭੇਜੀ ਆ ਕੁਲਪ੍ਰੀਤ ਬੜਿਆਲ ਹੁਣੀ ਸਾਡੇ ਪੰਜਾਬੀ ਦੇ ਕਵੀ ਨੇ ਉਹ ਕੈਨੇਡਾ ਦੇ ਵਿੱਚ ਆਟਵਾ 'ਚ ਰਹਿੰਦੇ ਆ ਅਤੇ ਉਹਨਾਂ ਨੇ ਇੱਕ ਬਹੁਤ ਹੀ ਸੋਹਣੀ ਪੰਜਾਬੀ ਦੀ ਕਵਿਤਾ ਲਿਖੀ ਆ। ਪਹਿਲਾਂ ਮੈਂ ਤੁਹਾਡੇ ਨਾਲ ਉਹ ਕਵਿਤਾ ਸਾਂਝੀ ਕਰ ਰਿਹਾ। ਇਹ ਕਵਿਤਾ ਹੈ ਕੁਲਪ੍ਰੀਤ ਬੜਿਆਲ ਹੁਣਾਂ ਦੀ ਆਟਵਾ 'ਚ ਪੰਜਾਬੀ ਦੇ ਕਵੀ ਰਹਿੰਦੇ ਨੇ ਅਤੇ ਕਵਿਤਾ ਦਾ ਨਾਮ ਹੈ ਊਟ ਪਟਾਂਗ ਦੌੜਦੀ ਸੋਚ। ਅਤੇ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਸਾਡੇ ਕੋਲ ਹਾਲੇ ਸਮਾਂ ਹੈਗਾ ਇਹ ਐਪੀਸੋਡ ਆਉਣ ਨੂੰ ਕਿ ਸਾਰੀਆਂ ਇਹ ਜਿਹੜੀਆਂ ਕਵਿਤਾਵਾਂ ਜਿੰਨੀਆਂ ਵੀ ਮੇਰੇ ਤੋਂ ਅੱਜ ਬੋਲ ਹੋਈਆਂ ਅਤੇ ਉਹ ਆਪਾਂ ਲਿਖ ਕੇ ਵੀ ਸਕਰੀਨ 'ਤੇ ਬਾਅਦ 'ਚ ਪਾ ਦੇਈਏ ਤਾਂ ਕਿ ਤੁਸੀਂ ਉਹਨਾਂ ਨੂੰ ਪੜ੍ਹ ਵੀ ਸਕੋ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਪੰਜਾਬੀ ਦੇ ਸ਼ਬਦ ਹੋਣੇ ਆ ਅਤੇ ਤੁਸੀਂ ਉਹ ਪੰਜਾਬੀ ਦੇ ਸ਼ਬਦ ਲੱਭ ਵੀ ਸਕਦੇ ਹਾਂ ਅਤੇ ਉਹਨਾਂ ਦਾ ਜਿਨ੍ਹਾਂ ਨੂੰ ਬਹੁਤਿਆਂ ਨੂੰ ਆਉਂਦੇ ਹੀ ਆ ਅਤੇ ਉਹਨਾਂ ਦਾ ਨਜ਼ਾਰਾ ਵੀ ਲੈ ਸਕਦੇ ਹਾਂ। ਅਤੇ ਆਪਾਂ ਇਹ ਪਹਿਲਾਂ ਕਵਿਤਾ ਸੁਣਦੇ ਹਾਂ ਜੀ ਕੁਲਪ੍ਰੀਤ ਬੜਿਆਲ ਹੁਣਾਂ ਦੀ ਊਟ ਪਟਾਂਗ ਦੌੜਦੀ ਸੋਚ। ਸੋਚਿਆ ਤਾਂ ਸੀ ਨਵੀਂ ਕਵਿਤਾ ਲਿਖਾਂਗਾ ਅਗਾਂਹ ਵਧੂ ਪ੍ਰਗਤੀਸ਼ੀਲ ਉਦਰੇਵੇਂ ਤੋਂ ਰਹਿਤ। ਸੋਚਿਆ ਤਾਂ ਸੀ ਕਿ ਇੱਕ ਨਵੀਂ ਕਵਿਤਾ ਲਿਖਾਂਗਾ ਅਗਾਂਹ ਵਧੂ ਪ੍ਰਗਤੀਸ਼ੀਲ ਉਦਰੇਵੇਂ ਤੋਂ ਰਹਿਤ। ਚਿੱਟਾ ਕੋਰਾ ਵਰਕਾ ਤਾਜ਼ੀ ਘੜੀ ਪੈਨਸਲ ਸੋਚ ਨੂੰ ਰੋਕਟ 'ਤੇ ਚੜ੍ਹਾ ਕੇ ਭੇਜਣਾ ਚਾਹਿਆ ਕਾਸ਼ੋ ਕਾਸ਼। ਉਹ ਚੜ ਗੱਡੇ 'ਤੇ ਪਹੁੰਚ ਗਈ ਹਵੇਲੀ ਹਵੇਲੀ ਸੀਲ ਮੱਝ ਤੋਕੜ ਗਾਂ ਪੰਜ ਕਲਿਆਣਾ ਕੱਟਾ ਜੰਗ ਲੱਗੀਆਂ ਤਵੀਆਂ ਕੁਤਰੇ ਹੋਏ ਪੱਠਿਆਂ 'ਚ ਗੰਨੇ ਦੀਆਂ ਗਨੇਰੀਆਂ ਕਿਤੇ ਕਿਤੇ ਮੰਜੇ ਦੀ ਦੌਣ ਢਿੱਲੀ ਕੰਧ 'ਤੇ ਨਿਆਣਾ ਲਿਬੜਿਆ ਹੋਇਆ ਫੌੜਾ ਸਾਫ਼ ਤੰਗਲੀ ਬਲੈਤੀ ਬੱਛੇ ਨੂੰ ਪੈਣ ਦੇਸੀ ਗਾਲਾਂ ਲੋਂਡੇ ਵਿੱਚ ਕਾੜੇ ਦੇ ਲੱਡੂ ਖੁਰਲੀ ਵਿੱਚ ਪਿਆ ਕਾਲੇ ਲੂਣ ਦਾ ਡਾਲਾ ਰੇੜੇ ਦੀ ਚੂਲ ਵਿੰਗੀ ਲੋਡਾ ਵੇਲਾ ਉੜੇ ਤੂੜੀ ਦੀ ਧੂੜ ਕੋਈ ਫਾਇਦਾ ਨਾ ਹੋਇਆ ਚਿੱਟੇ ਕੋਰੇ ਵਰਕੇ ਦਾ ਤਾਜ਼ੀ ਘੜੀ ਪੈਨਸਲ ਦਾ ਜਦ ਸੋਚ ਨੇ ਤਾਂ ਉੱਥੇ ਹੀ ਲਾ ਲਿਆ ਡੇਰਾ ਡੇਰਾ ਚਿੱਟਾ ਚੋਗਾ ਕਰੜ ਬਰੜੀ ਦਾੜੀ ਡੇਰੇ ਦਾ ਬਛਿੰਦਾ ਸਾਧ ਘੱਟ ਸਾਨ ਜ਼ਿਆਦਾ ਖੁੰਡ ਪੱਟਣ ਨੂੰ ਫਿਰਦਾ ਮਾਰ ਗੜਕ ਗਣਾਵੇ 84 ਲੱਖ ਜੂਨਾ। ਮੈਂ ਸੋਚਾਂ ਇਹ ਗਿਣਤੀ ਠੀਕ ਨਹੀਂ ਕਈ ਕੁਛ ਨਹੀਂ ਗਿਣਿਆ 84 ਲੱਖ ਵਿੱਚ ਕਿਉਂਕਿ ਰਿਸ਼ੀਆਂ ਨੂੰ ਪਤਾ ਹੀ ਨਹੀਂ ਸੀ ਕਈ ਜੂਨਾਂ ਦਾ ਡਾਇਨਾਸੋਰਾਂ ਦਾ ਪੈਨਗੋਨਾਂ ਦਾ ਕੰਗਾਰੂਆਂ ਦਾ। ਉਹ ਬੱਸ ਕਰੋ ਇਹ ਪਾੜਿਆ ਬੱਸ ਬੱਸ ਤਾਂ ਖੜੂਗੀ ਬੱਸ ਅੱਡੇ ਬੱਸ ਅੱਡਾ ਖੱਟੀਆਂ ਮਿੱਠੀਆਂ ਗੋਲੀਆਂ ਕਮਲ ਨੈਣ ਸੁਰਮਾ ਚੁਟਕਲਿਆਂ ਦੀ ਕਿਤਾਬ 'ਤੇ ਬਣਿਆ ਹਾਸੇ ਦਾ ਘੋਟਣਾ ਛਿੱਲੜ ਬਿਖਰੇ ਕਿਤੇ ਮੂੰਗਫਲੀ ਦੇ ਕਿਤੇ ਕੇਲੇ ਦੇ ਕੰਡੈਕਟਰਾਂ ਦੀਆਂ ਸੀਟੀਆਂ ਘਰੜ ਘਰੜਕ ਲੱਗਦੇ ਗੇਰ ਛਿੱਕ ਮਾਰਦੀਆਂ ਬੱਸਾਂ ਲੋਹੜੀਆਂ ਦੇ ਪੀਪੇ ਆਲੂ ਬੁਖਾਰਿਆਂ 'ਤੇ ਭੂੰਡ ਅਪਾਜ ਮੰਗਤਾ ਸੋਹਣੀ ਕੁੜੀ ਦੇ ਪੈਰੀਂ ਸਸਤੀਆਂ ਚੱਪਲਾਂ ਖਚਰੀਆਂ ਮੁੱਛਾਂ ਵਾਲਾ ਸਰਦਾਰ ਵੇਚੇ ਤਾਕਤ ਅਤੇ ਜਵਾਨੀ। ਰਾਹ ਦੀ ਸਵਾਰੀ ਕੋਈ ਨਾ ਹੋਵੇ ਕਵਿਤਾ ਉੜਨ ਲੱਗੀ ਏ ਪੈ ਗਈ ਏ ਹੁਣੇ ਰੇਲ ਗੱਡੀ ਦੀ ਲੀਹੇ ਧੂੜਾਂ ਪੱਟੇਗੀ ਹੁਣ ਤੇ ਛੱਡ ਜਾਏਗੀ ਪਿੱਛੇ ਫਾਟਕਾਂ 'ਤੇ ਲੱਗੀ ਭੀੜ ਸਫੈਦਿਆਂ ਦੀਆਂ ਡਾਰਾਂ ਪਿੰਡਾਂ ਦੇ ਗੇਟ ਰਹਿ ਜਾਣਗੇ ਪਿੱਛੇ ਰੂੜੀ ਦੇ ਢੇਰ ਤੂੜੀ ਦੇ ਕੁੱਪ ਸ਼ਹਿਰਾਂ ਦਾ ਰੁਲਦਾ ਕੂੜਾ ਅਤੇ ਮੈਂ ਵੀ ਸੁੱਟ ਦਿਆਂਗਾ ਵਾਰੀ 'ਚੋਂ ਵਗਾ ਕੇ ਉਹ ਸਾਰੀਆਂ ਸੋਚਾਂ ਜੋ ਤੰਗ ਕਰਦੀਆਂ ਨੇ ਵੇਲੇ ਕਵੇਲੇ। ਸੰਗਲ ਨਾਲ ਬੱਧੇ ਸਦਾਈ ਮੁੰਡੇ ਦਾ ਹਾਸਾ ਗੁਰਦੁਆਰੇ ਵਿੱਚ ਹੋਏ ਕਤਲ ਬਲਾਤਕਾਰ ਦੀ ਘੁਸਰ ਮੁਸਰ ਨਿਆਣਿਆਂ ਦੀ ਸ਼ਰਾਰਤ ਪਿੱਛੇ ਸ਼ਰੀਕਾਂ ਦਾ ਵੱਢ ਵਡਾਂਗਾ ਨੌਕਰ ਦੀ ਗਰੀਬ ਮਾਰ ਕਰਜ਼ੇ ਦੀ ਕੁੱਟ ਤੂੰ ਕੌਣ ਅਤੇ ਮੈਂ ਕੌਣ ਤੋਂ ਜਨਮੀ ਬੇਬਸੀ ਦੀ ਚੁੱਪ ਜਿਹੜੀ ਮੁੱਕਦੀ ਏ ਕਦੀ ਕਦਾਈ ਇੱਕੋ ਚੀਂਡੇ ਕੀੜੇ ਮਾਰ ਦਵਾਈ ਪੀਣ ਨਾਲ ਚਿੱਟੀਆਂ ਚੁੰਨੀਆਂ ਦੇ ਚੀਖ ਛਿਹਾੜੇ ਨਾਲ। ਭੂ ਹੇਰਵੇ ਵਿੱਚ ਬਹੁਤ ਤਾਕਤ ਹੁੰਦੀ ਹੈ ਘੜੀ ਵਿੱਚ ਹਸਾਉਣ ਦੀ ਘੜੀ ਵਿੱਚ ਰਲਾਉਣ ਦੀ। ਚਿੱਟਾ ਕੋਰਾ ਵਰਕਾ ਤਾਜ਼ੀ ਘੜੀ ਪੈਨਸਲ ਕਵਿਤਾ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਿੱਥੇ ਕੁਝ ਕਹਿਣ ਨੂੰ ਹੋਵੇ ਜਿੱਥੇ ਕੁਝ ਸਹਿਣ ਨੂੰ ਹੋਵੇ। ਛੂ ਆਵਾਂਗੇ ਕਦੇ ਤਾਰਿਆਂ ਨੂੰ ਵੀ ਪਹਿਲਾਂ ਮੋੜ ਆਈਏ ਉਹ ਨੱਕੇ ਜਿਹੜੇ ਕਦੋਂ ਦੇ ਟੁੱਟੇ ਪਏ ਨੇ। ਇਹ ਕੁਲਪ੍ਰੀਤ ਬੜਿਆਲ ਹੁਣਾਂ ਦੀ ਕਵਿਤਾ ਸੀ ਊਟ ਪਟਾਂਗ ਦੌੜਦੀ ਸੋਚ। ਮੈਂ ਪੰਜਾਬੀ ਭਾਸ਼ਾ ਬਾਰੇ ਸੋਚਦਾ ਸੀ ਕਿ ਅਸੀਂ ਕਿੰਨਾ ਸੌਖਾ ਇਹਨੂੰ ਬੋਲੀ ਜਾਂਦੇ ਹਾਂ ਅਤੇ ਪਰ ਇਹ ਕਾਫੀ ਔਖੀਆਂ ਭਾਸ਼ਾਵਾਂ 'ਚੋਂ ਭਾਸ਼ਾ ਆ। ਕੁਝ ਭਾਸ਼ਾਵਾਂ ਇੱਦਾਂ ਦੀਆਂ ਨੇ ਕੁਝ ਭਾਰਤੀ ਭਾਸ਼ਾਵਾਂ ਇੱਦਾਂ ਦੀਆਂ
ਅਤੇ ਬਾਕੀ ਜਿੱਦਾਂ ਫਰੈਂਚ, ਸਪੈਨਿਸ਼, ਇਟੈਲੀਅਨ, ਇਹ ਭਾਸ਼ਾਵਾਂ ਵੀ ਇੱਦਾਂ ਦੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਵਰਵ ਆ, ਜਿਹੜੇ ਕਿਰਿਆਵਾਂ, ਉਹ ਹਰ ਇੱਕ ਚੀਜ਼ ਨਾਲ ਬਦਲੀ ਜਾਂਦੇ ਆ। ਜਿੱਦਾਂ ਇੰਗਲਿਸ਼ ਦੇ ਵਿੱਚ ਤਾਂ ਹੋ ਜਾਂਦਾ ਹੈਗਾ ਆ ਵੀ ਹੀ ਈਟਸ, ਸ਼ੀ ਈਟਸ, ਈਟ ਦਾ ਈਟ ਹੀ ਰਹਿਣਾ ਬੜਾ ਸੌਖਾ ਆ। ਪਰ ਪੰਜਾਬੀ ਦੇ ਵਿੱਚ ਹੁਣ ਉਹ ਖਾਂਦਾ ਹੈ, ਉਹ ਖਾਂਦੀ ਹੈ, ਉਹ ਖਾਂਦੀਆਂ ਹਨ, ਉਹ ਖਾਂਦੇ ਹਨ, ਉਹਨਾਂ ਨੇ ਖਾਧਾ, ਉਹ ਖਾਣਗੇ, ਖਾਣਗੀਆਂ, ਉਹ ਤੁਹਾਨੂੰ ਹਰ ਇੱਕ ਸ਼ਬਦ ਕਿਸ ਤਰੀਕੇ ਦੀ ਕਿਰਿਆ ਆਉਣੀ ਆ ਉਹ ਯਾਦ ਕਰਨਾ ਪੈਣਾ, ਅਤੇ ਸਾਨੂੰ ਉਹ ਆਟੋਮੈਟਿਕਲੀ ਆਉਂਦਾ ਕਿਉਂਕਿ ਪਹਿਲਾਂ ਤੋਂ ਅਸੀਂ ਬੋਲਦੇ ਹਾਂ। ਜਿਹੜੇ ਅੰਗਰੇਜ਼ੀ ਭਾਸ਼ਾ ਦੇ ਬੁਲਾਰੇ ਆ ਉਹਨਾਂ ਲਈ ਇਹ ਭਾਸ਼ਾਵਾਂ ਸਿੱਖਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ। ਅਤੇ ਇਹਦਾ ਇੱਕ ਚੁਟਕਲਾ ਵੀ ਆ, ਕਹਿੰਦੇ ਕੋਈ ਬੰਦਾ ਅਮਰੀਕਾ ਤੋਂ ਫਰਾਂਸ ਨੂੰ ਗਿਆ ਅਤੇ ਆ ਕੇ ਕਹਿੰਦਾ ਯਾਰ ਫਰਾਂਸ ਦੇ ਵਿੱਚ ਲੋਕ ਬਹੁਤ ਜ਼ਿਆਦਾ ਸਮਾਰਟ ਆ। ਅਤੇ ਉਹ ਕਹਿੰਦੇ ਤੈਨੂੰ ਕਿੱਦਾਂ ਪਤਾ? ਕਹਿੰਦਾ ਉੱਥੇ ਯਾਰ ਸਾਲੇ 7-8 ਸਾਲ ਦੇ ਨਿਆਣੇ ਫਲੂਐਂਟ ਫਰੈਂਚ ਬੋਲੀ ਜਾਂਦੇ ਕਿਉਂਕਿ ਉਹ ਬਾਕੀ ਵਾਲੇ ਉਹ ਸਾਰੇ ਵਰਬ ਆ ਜਿਹੜੇ, ਅਤੇ ਉਹ ਜੋੜਨੇ ਔਖੇ ਹੋ ਜਾਂਦੇ ਆ। ਪਰ ਜਿਹਨੂੰ ਆਉਂਦੀ ਭਾਸ਼ਾ ਉਹਦੇ ਲਈ ਕੀ ਮੁਸ਼ਕਲ ਆ। ਅਤੇ ਇੱਕ ਹੋਰ ਇਹਨਾਂ ਭਾਸ਼ਾਵਾਂ ਦੇ ਵਿੱਚ ਬੜੀ ਮਹਾਨ ਗੱਲ ਆ ਉਹ ਇਹ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਜਾਨ ਨਹੀਂ ਵੀ ਹੈ, ਭਾਵੇਂ ਉਹ ਕੁਰਸੀ ਆ, ਭਾਵੇਂ ਮੇਜ਼ ਆ, ਚਾਹੇ ਉਹ ਗਿਟਾਰ ਆ ਅਤੇ ਚਾਹੇ ਉਹ ਬਾਂਸਰੀ ਆ, ਉਹਨਾਂ ਦੇ ਨਰ ਤਾਂ ਮਾਦਾ ਰੂਪ ਆ। ਅਤੇ ਕੋਈ ਚੀਜ਼ ਨਰ ਆ, ਕੋਈ ਚੀਜ਼ ਮਾਦਾ। ਸਾਨੂੰ ਪਤਾ ਆ ਕਿ ਗੱਡਾ ਉਹ ਨਰ ਆ, ਰੇੜੀ ਉਹ ਮਾਦਾ ਆ। ਕੋਈ ਵੀ ਚੀਜ਼ ਹੋਵੇ, ਹਲਸ, ਅਰਲੀ, ਸਾਨੂੰ ਉਹਨੂੰ ਅਸੀਂ ਉਹਦਾ ਸ਼ਬਦ ਦਾ ਜਦੋਂ ਹੀ ਨਾਂ ਲੈਂਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਇਹ ਨਰ ਆ ਕਿ ਮਾਦਾ ਆ, ਮੇਲ ਆ ਕਿ ਫੀਮੇਲ ਆ। ਸੋ ਇਸ ਤਰੀਕੇ ਨਾਲ ਸਾਰੀ ਹੀ ਇਹ ਭਾਸ਼ਾ ਗੰਢੀ ਹੋਈ ਆ। ਅਤੇ ਅਸੀਂ ਇੱਦਾਂ ਹੀ ਕਹਿੰਦੇ ਹਾਂ ਕੁਰਸੀ ਢਿੱਲੀ ਹੈ, ਕੁਰਸੀ ਉਹ ਪਈ ਹੈ, ਮੇਜ਼ ਇੱਥੇ ਪਿਆ ਹੈ, ਅਤੇ ਉਹ ਪਿਆ ਅਤੇ ਉਹ ਪਈ। ਸੋ ਇੱਦਾਂ ਅਸੀਂ ਸਾਰੀ ਭਾਸ਼ਾ ਬੋਲਦੇ ਹਾਂ। ਇਹ ਤੋਂ ਮੈਨੂੰ ਇੱਕ ਗੱਲ ਯਾਦ ਆਈ ਹੈ। ਇੱਕ ਵਾਰ ਅਮਰਤਾ ਪ੍ਰੀਤਮ ਹੁਣਾਂ ਨੇ, ਉਹਨਾਂ ਦਾ ਇੱਕ ਮੈਗਜ਼ੀਨ ਹੁੰਦਾ ਸੀ ਨਾਗਮਣੀ, ਅਤੇ ਉਹਨਾਂ ਨੇ ਇੱਕ ਅੰਕ ਕੱਢਿਆ ਸੀ ਔਰਤ ਬਾਰੇ। ਅਤੇ ਔਰਤ ਹੈ ਮਾਦਾ, ਬੰਦਾ ਹੈ ਨਰ, ਕਿਉਂਕਿ ਇੱਥੋਂ ਹੀ ਸਾਰੀ ਗੱਲ ਸ਼ੁਰੂ ਹੋਈ ਹੈ। ਅਤੇ ਉਹਨਾਂ ਨੇ ਇੱਕ ਅੰਕ ਕੱਢਿਆ ਸੀ, ਅਤੇ ਉਹਨਾਂ ਨੇ ਭੂਸ਼ਣ ਧਿਆਨਪੁਰੀ, ਜੋ ਕਿ ਬਹੁਤ ਹੀ ਮਹਾਨ ਪੰਜਾਬੀ ਦੇ ਕਵੀ ਹੋਏ ਨੇ, ਅਤੇ ਉਹਨਾਂ ਦੇ ਕਈ ਸ਼ੇਰ ਕਮਲ ਹੀਰ ਉਹਨਾਂ ਨੇ ਸਟੇਜ 'ਤੇ ਗਾਏ ਆ, ਉਹ ਦੁਨੀਆਂ ਵਿੱਚ ਨਹੀਂ ਰਹੇ ਹੁਣ, ਅਤੇ ਉਹ ਪੰਜਾਬੀ ਦੇ ਬੜੇ ਮਹਾਨ ਸ਼ਾਇਰ ਹੋਏ ਨੇ। ਅਤੇ ਉਹਨਾਂ ਨੂੰ ਉਹਨਾਂ ਨੇ ਉਹਦਾ ਕਹਿ ਦਿੱਤਾ ਕਿ ਤੁਸੀਂ ਐਡਿਟ ਕਰਨਾ ਇਹ ਅੰਕ, ਜਦੋਂ ਕਿ ਇਹ ਬੜੀ ਹੈਰਾਨੀ ਦੀ ਗੱਲ ਆ। ਅਮਰਤਾ ਪ੍ਰੀਤਮ ਆਪ ਔਰਤ ਸੀ, ਅਤੇ ਉਹਨੇ ਫਿਰ ਵੀ ਔਰਤ ਦਾ ਜਿਹੜਾ ਸਪੈਸ਼ਲ ਅੰਕ ਸੀਗਾ ਉਹ ਭੂਸ਼ਣ ਧਿਆਨਪੁਰੀ ਉਹਨਾਂ ਦੇ ਕਮਾਨ ਹੇਠ ਦੇ ਦਿੱਤਾ। ਅਤੇ ਭੂਸ਼ਣ ਧਿਆਨਪੁਰੀ ਹੁਣੀ ਕਈ ਕੁਛ ਉਹਦੇ ਵਿੱਚ ਲਿਖਿਆ ਸੀ, ਅਤੇ ਉਹ ਉਸ ਵੇਲੇ ਤਾਂ ਸਾਨੂੰ ਪਤਾ ਨਹੀਂ, ਅਸੀਂ ਤਾਂ ਛੋਟੇ ਸੀ, ਪਰ ਬਾਅਦ ਵਿੱਚ ਅਸੀਂ ਉਹ ਚੀਜ਼ਾਂ ਪੜ੍ਹੀਆਂ। ਅਤੇ ਉਹਦੇ ਵਿੱਚ ਇੱਕ ਕਵਿਤਾ ਸੀ, ਔਰਤ ਇੱਕ ਦ੍ਰਿਸ਼ਟੀਕੋਣ। ਅਤੇ ਜੇ ਉਹ ਮੈਨੂੰ ਕਵਿਤਾ ਲੱਭਿਆ ਹੀ, ਤੁਸੀਂ ਮੈਨੂੰ ਇੱਕ ਸਕਿੰਟ ਦਿਓ, ਅਤੇ ਜੇ ਮੈਨੂੰ ਕਵਿਤਾ ਲੱਭਿਆ ਹੀ, ਅਤੇ ਉਹ ਬਹੁਤ ਵਧੀਆ ਸੀ। ਉਹਦੇ ਵਿੱਚ ਨਰਮਾਦਾ ਵਾਲੀ ਗੱਲ ਉਹਨੇ ਬਹੁਤ ਦੂਰ ਤੱਕ ਉਹ ਲੈ ਗਿਆ ਸੀ। ਇਹ ਭੂਸ਼ਣ ਧਿਆਨਪੁਰੀ ਉਹਨਾਂ ਦੀ ਕਵਿਤਾ ਆ, ਅਤੇ ਇਹਦਾ ਨਾਮ ਹੈਗਾ, ਜਾਣੀ ਕਿ ਪੂਰਾ ਇਸ ਕਵਿਤਾ ਦਾ ਨਾਮ ਹੈਗਾ, ਔਰਤ ਇੱਕ ਦ੍ਰਿਸ਼ਟੀਕੋਣ, ਭਾਸ਼ਾ ਵਿਗਿਆਨੀਆਂ ਤੋਂ ਖਿਮਾ ਸਹਿਤ, ਦ੍ਰਿਸ਼ਟੀ ਆਪਣੀ ਕੌਣ ਪਰਾਏ। ਅੱਛਾ, ਦ੍ਰਿਸ਼ਟੀਕੋਣ ਕੀ ਹੁੰਦਾ ਇਹ ਮੈਂ ਦੱਸਦੇ ਹਾਂ। ਇਹਦੇ ਵਿੱਚ ਸ਼ਬਦ ਹੋਰ ਬਹੁਤ ਆਉਣੇ ਆ ਜਿਹੜੇ ਸ਼ਾਇਦ ਸਾਨੂੰ ਕਈਆਂ ਨੂੰ ਨਹੀਂ ਆਉਂਦੇ ਹੋਣੇ, ਅਤੇ ਉਹ ਤੁਸੀਂ ਬਾਅਦ ਵਿੱਚ ਲੱਭ ਲਿਓ। ਪਰ ਦ੍ਰਿਸ਼ਟੀਕੋਣ ਪੰਜਾਬੀ 'ਚ ਹੁੰਦਾ ਪੁਆਇੰਟ ਆਫ ਵਿਊ। ਦ੍ਰਿਸ਼ਟੀ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਦੇਖਣਾ, ਉਹਦਾ ਵਿਊ, ਅਤੇ ਕੋਣ ਦਾ ਮਤਲਬ ਹੁੰਦਾ ਐਂਗਲ। ਅਤੇ ਮੈਂ ਇੱਥੋਂ ਤੁਹਾਨੂੰ ਦੇਖ ਰਿਹਾ, ਕੋਈ ਬੰਦਾ ਇੱਥੋਂ ਤੁਹਾਨੂੰ ਦੇਖ ਰਿਹਾ, ਅਤੇ ਉਹਨੂੰ ਕੁਛ ਹੋਰ ਦਿਸ ਰਿਹਾ, ਅਤੇ ਮੈਨੂੰ ਕੁਛ ਹੋਰ ਦਿਸ ਰਿਹਾ। ਅਤੇ ਇਹ ਉਹਨੇ ਔਰਤ ਨੂੰ ਇੱਕ ਦ੍ਰਿਸ਼ਟੀਕੋਣ ਦੇ ਤੌਰ 'ਤੇ ਪੇਸ਼ ਕੀਤਾ। ਅਤੇ ਸੁਣਿਓ ਕਿੰਨੀ ਵਧੀਆ ਕਵਿਤਾ ਭੂਸ਼ਣ ਧਿਆਨਪੁਰੀ ਹੁਣੇ ਦੀ। ਔਰਤ ਇੱਕ ਦ੍ਰਿਸ਼ਟੀਕੋਣ, ਭਾਸ਼ਾ ਵਿਗਿਆਨੀਆਂ ਤੋਂ ਖਿਮਾ ਸਹਿਤ, ਕੁੜੀ ਜੰਮਣਾ ਲਾਹਣਤ, ਕੁੜੀ ਕੱਢਣਾ ਮਰਦਾਨਗੀ, ਕੋਈ ਵੀ ਗਾਲ ਕੱਢੋ ਨਿਕਲੇਗੀ ਮਰਦ ਲਈ, ਹੋਵੇਗੀ ਔਰਤ ਲਈ, ਕੋਈ ਵੀ ਅਸੀਸ ਦਿਓ ਨਿਕਲੇਗੀ ਔਰਤ ਲਈ, ਹੋਵੇਗੀ ਮਰਦ ਲਈ। ਔਰਤ ਇੱਕ ਦ੍ਰਿਸ਼ਟੀਕੋਣ ਕਹੀ, ਆਦਮ ਅਤੇ ਹਵਾ ਦੇ ਸਮੇਂ ਤੋਂ ਨਰ ਮਾਦਾ ਦੀ ਜੋੜੀ, ਪਰ ਕਾਦਰ ਨਰ, ਕੁਦਰਤ ਮਾਦਾ, ਰੱਬ ਦਾ ਸੰਕਲਪ,
ਮਾਦਾ ਰਹਿਤ ਅਕਾਲ ਪੁਰਖ। ਆਤਮਾ ਮਾਦਾ, ਮਹਾਤਮਾ ਧਰਮਾਤਮਾ ਪਰਮਾਤਮਾ ਨਰ। ਮਰਿਆਦਾ ਮਾਦਾ, ਮਰਿਆਦਾ ਪੁਰਸ਼ੋਤਮ ਨਰ। ਧਰਤੀ ਮਾਂ ਖੜੀ ਬਲਦ ਸਿੰਘ ਤੇ। ਗਊ ਮਾਤਾ, ਗਊਆਂ ਵਿੱਚ ਸਾਨ, ਗੋਪੀਆਂ ਵਿੱਚ ਕਾਨ, ਹਿੰਦੁਸਤਾਨ। ਮਾਤ ਭਾਸ਼ਾ, ਸ਼ਬਦ ਅਰਥ ਵਾਕ ਨਰ। ਮਰਦ ਦੇ ਭੋਗ ਦੀ ਹਰ ਵਸਤ ਮਾਦਾ। ਕੁੱਲੀ ਗੁੱਲੀ ਜੁੱਲੀ, ਦੌਲਤ ਸ਼ੋਹਰਤ ਇੱਜ਼ਤ ਨੀਂਦ ਭੁੱਖ ਪਿਆਸ, ਸਵਾਰੀ ਤਰੱਕੀ ਨੌਕਰੀ ਅਯਾਸ਼ੀ, ਖੇਡ ਦੌੜ ਚਾਲ ਸਮੱਗਰੀ, ਨੀਤੀ ਸਿਆਸਤ ਆਸ਼ਕੀ, ਫੁਰਸਤ ਦੀਵਾਨਗੀ, ਆਜ਼ਾਦੀ ਖੂਬਸੂਰਤੀ, ਖੁਸ਼ਬੂ ਪ੍ਰਾਪਤੀ, ਸ਼ਕਤੀ ਭਗਤੀ। ਮਰਦ ਦੀ ਸੋਚ ਤ੍ਰਿਪਤੀ ਦੀ ਹਰ ਵਸਤ ਮਾਦਾ। ਕਵਿਤਾ ਕਲਾ ਕੌਸ਼ਲਤਾ ਕਲਪਨਾ ਧੁਨੀ ਮੂਰਤੀ ਪ੍ਰਤਿਭਾ ਚੇਤਨਾ ਭਾਵਨਾ ਪ੍ਰਵਾਜ਼ ਨਫਾਸਤ ਚਾਂਦਨੀ ਰੌਸ਼ਨੀ। ਨਰਬਿੰਬ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਿਆਨ ਵਿਗਿਆਨ ਅਭਿਮਾਨ ਸਵੈਮਾਨ ਜ਼ਿਮੀਂਦਾਰ ਜਗੀਰਦਾਰ ਸ਼ਾਹੂਕਾਰ ਖਰੀਦਦਾਰ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਪ੍ਰਜਾਪਤੀ ਸੰਕਟ ਮੋਚਨ। ਮਾਦਾ ਬਿੰਬ ਮੌਤ ਕਿਆਮਤ ਲਾਣਤ ਕਿਸਮਤ ਨਫ਼ਰਤ ਮਜਬੂਰੀ ਮਜ਼ਦੂਰੀ ਕਾਲਖ ਕਿਰਸੀ ਬੇਅਦਬੀ ਈਰਖਾ ਸਮੱਸਿਆ ਖੁਦਕੁਸ਼ੀ ਤੁਹੀਨ ਤੋਮਤ ਚੁਗਲੀ ਨਿੰਦਿਆ ਸੁਸਤੀ ਜੁੱਤੀ ਮਯੂਸੀ ਉਦਾਸੀ ਵਿਦਾਈ ਜੁਦਾਈ ਤਨਿਹਾਈ ਬੁਰਾਈ ਪਰਲੋ। ਮਾਦਾ ਉਚਾਰਨ ਹਮੇਸ਼ਾ ਛੋਟੇਪਣ ਦਾ ਸੂਚਕ। ਪਹਾੜ ਪਹਾੜੀ, ਸਾਗਰ ਨਦੀ, ਗ੍ਰੰਥ ਪੁਸਤਕ, ਝੰਡਾ ਝੰਡੀ, ਬੱਦਲ ਬਦਲੋਟੀ, ਬੇੜਾ ਬੇੜੀ, ਢੋਲ ਢੋਲਕੀ, ਢੇਰ ਢੇਰੀ, ਪਰਚਾ ਪਰਚੀ, ਕੱਲ ਦੀ ਭੂਤਨੀ ਸਿਵਿਆਂ ਚੱਦ, ਜਾਤ ਦੀ ਕੋੜ ਕਿਰਲੀ ਸ਼ਤੀਰਾਂ ਨੂੰ ਜੱਫੇ। ਸਮਾਂ ਕਦੇ ਮਾਦਾ ਨਹੀਂ ਹੁੰਦਾ। ਯੁੱਗ ਸਾਲ ਮਹੀਨਾ ਦਿਨ ਪੈਰ ਘੰਟਾ ਮਿੰਟ ਸਕਿੰਟ ਪਲ ਛੇਣ ਭੂਤ ਭਵਿੱਖ ਵਰਤਮਾਨ ਵਾਰ ਤਿਉਹਾਰ। ਸਿਹਰਾ ਸਦਾ ਨਰ ਦੇ ਸਿਰ। ਵਿੱਦਿਆ ਸਿੱਖਿਆ ਪੜ੍ਹਾਈ ਲਿਖਾਈ ਦੁਹਰਾਈ ਕਿਤਾਬ ਕਾਪੀ ਪੈਨਸਲ ਰਬੜ ਕਲਮ ਦਵਾਤ ਸਿਆਹੀ ਫੱਟੀ ਸਲੇਟ ਸਲੇਟੀ ਮਿਹਨਤ ਪ੍ਰੀਖਿਆ ਮਾਦਾ। ਨਤੀਜਾ ਪ੍ਰਮਾਣ ਪੱਤਰ ਨਰ। ਨਰ ਉਚਾਰਨ ਨਿੱਗਰ, ਮਾਦਾ ਉਚਾਰਨ ਛੂਈ ਮੂਈ। ਕਿਸੇ ਵੀ ਸੰਗਿਆ ਦਾ ਉਚਾਰਨ ਮਾਦਾ ਕਰ ਦਿਓ, ਚੰਗੀ ਭਲੀ ਵਸਤ ਹੱਥਾਂ 'ਚੋਂ ਨਿਕਲ ਕੇ ਭਾਵਵਾਚਕ ਬਣ ਜਾਏਗੀ। ਰੰਗ ਰੰਗਤ, ਭਾਵਕ ਭਾਵਕਤਾ, ਦੀਵਾਨਾ ਦੀਵਾਨਗੀ, ਮਨੁੱਖ ਮਨੁੱਖਤਾ, ਪਵਿੱਤਰ ਪਵਿੱਤਰਤਾ, ਸੱਭਿਆ ਸੱਭਿਅਤਾ, ਮੂਰਖ ਮੂਰਖਤਾ। ਔਰਤ ਇੱਕ ਤਕੋਣ ਹੈ ਜੋ ਬਚਪਨ ਵਿੱਚ ਸਫੈਦ ਹੁੰਦੀ ਹੈ, ਜਵਾਨੀ ਵਿੱਚ ਗੁਲਾਬੀ ਅਤੇ ਵਿਆਹ ਪਿੱਛੋਂ ਲਾਲ। ਤਿੰਨ ਬਿੰਦੂ ਪਿਤਾ ਪਤੀ ਪੁੱਤਰ, ਤਿੰਨ ਰਖਾਵਾਂ ਪੇਕੇ ਸਹੁਰੇ ਨਿੱਜ, ਤਿੰਨ ਪੜਾ ਮਹਿਬੂਬਾ ਪਤਨੀ ਮਾਂ, ਤਿੰਨ ਰੂਪ ਸਰਸਵਤੀ ਲਕਸ਼ਮੀ ਦੁਰਗਾ, ਤਿੰਨ ਤੱਤ ਹਵਾ ਅਗਨੀ ਪ੍ਰਿਥਵੀ, ਤਿੰਨ ਸਤਿਕਾਰ ਗਊ ਮਾਤਾ ਮਾਤ ਭਾਸ਼ਾ ਮਾਤ ਭੂਮੀ, ਤਿੰਨ ਕੱਪੜੇ ਝੱਗਾ ਚੁੰਨੀ ਸਲਵਾਰ, ਤਿੰਨ ਕਮਜ਼ੋਰੀਆਂ ਹੰਝੂ ਦੁੱਧ ਲਹੂ, ਤਿੰਨ ਰੂਟੀਨ ਕਿਚਨ ਡਰਾਇੰਗ ਰੂਮ ਬੈੱਡਰੂਮ, ਤਿੰਨ ਭਾਵ ਪਿਆਰ ਲੱਜਿਆ ਮਮਤਾ, ਤਿੰਨ ਸੋਚਾਂ ਉਡੀਕ ਉਦਾਸੀ ਆਤਮ ਹੱਤਿਆ। ਬਸ ਔਰਤ ਇੱਕ ਦ੍ਰਿਸ਼ਟੀਕੋਣ ਹੁੰਦੀ ਹੈ ਜਿਸ ਵਿੱਚ ਦ੍ਰਿਸ਼ਟੀ ਹਮੇਸ਼ਾ ਮਾਦਾ ਹੁੰਦੀ ਹੈ ਅਤੇ ਕੋਣ ਹਮੇਸ਼ਾ ਨਰ। ਇਹ ਸੀ ਭੂਸ਼ਣ ਧਿਆਨਪੁਰੀ ਹੁਣਾਂ ਦੀ ਕਵਿਤਾ ਔਰਤ ਇੱਕ ਦ੍ਰਿਸ਼ਟੀਕੋਣ। ਦੇਖੋ ਕਿੰਨੇ ਮਹਾਨ ਬੰਦੇ ਹੋਣਗੇ, ਕਿੰਨਾ ਉਹਨਾਂ ਦਾ ਪੰਜਾਬੀ ਦੇ ਉੱਤੇ ਅਧਿਕਾਰ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਸਾਡੀ ਸੁਸਾਇਟੀ ਆ, ਜਿਹੜਾ ਸਾਡਾ ਸਮਾਜ ਆ, ਉਹਦੇ ਵਿੱਚ ਔਰਤ ਦੀ ਜੋ ਸਥਿਤੀ ਆ ਉਹਨੂੰ ਕਿਸ ਤਰੀਕੇ ਨਾਲ ਕਲਾ ਦੇ ਵਿੱਚ ਕਿਸ ਤਰੀਕੇ ਨਾਲ ਬੰਨਿਆ, ਅਤੇ ਕੋਈ ਵੀ ਇਹੋ ਜਿਹਾ ਪੱਖ ਨਹੀਂ ਛੱਡਿਆ। ਜੇ ਤੋਂ ਸਾਨੂੰ ਕੋਈ ਸਬਕ ਨਾ ਮਿਲੇ, ਅਸੀਂ ਸਿੱਖੀਏ ਕਿ ਅੱਗੇ ਅਸੀਂ ਵਧਣਾ ਜੇ ਔਰਤ ਨੂੰ ਨਾਲ ਲੈ ਕੇ ਤਾਂ ਕਿਸ ਤਰੀਕੇ ਨਾਲ ਵਧਣਾ, ਬਰਾਬਰਤਾ ਹੋਣੀ ਆ ਤਾਂ ਕਿੱਦਾਂ ਹੋਣੀ ਆ। ਜਿਹੜੇ ਬੰਦੇ ਇੱਦਾਂ ਸਿਆਣੇ ਹੁੰਦੇ ਆ ਕਿਸੇ ਵੀ ਸੁਸਾਇਟੀ ਦੇ ਵਿੱਚ, ਕਿਸੇ ਵੀ ਕਲਚਰ ਦੇ ਵਿੱਚ, ਉਹਨਾਂ ਨੂੰ ਲੋਕ ਬਹੁਤ ਘੱਟ ਸੁਣਦੇ ਆ। ਜਿਹੜੇ ਬੁੱਧੀਜੀਵੀ ਲੋਕ ਹੁੰਦੇ ਆ, ਕਿਉਂਕਿ ਉਹਨਾਂ ਦੀ ਗੱਲ ਥੋੜ੍ਹੀ ਜਿਹੀ ਬੋਰਿੰਗ ਲੱਗਦੀ, ਆਮ ਬੰਦੇ ਨੂੰ ਨੀਰਸ ਲੱਗਦੀ ਆ,
ਉਹ ਕਹਿੰਦੇ ਛੱਡੋ ਯਾਰ ਇਹ ਨਹੀਂ ਸੁਣਨੀ, ਉਹ ਦੇਖੋ ਉਹ ਦੇਖੋ ਉਹ ਬੰਦਾ ਗਧੇ ਦੇ ਉੱਤੇ ਚੜ੍ਹ ਕੇ ਜਾ ਰਿਹਾ ਅਤੇ ਉਹ ਬਹੁਤ ਵਧੀਆ ਅਤੇ ਯੂਟਿਊਬ 'ਤੇ ਕੋਈ ਕਿਸੇ ਨੂੰ ਗਾਲਾਂ ਕੱਢ ਦੇਵੇ ਉਹ ਵੀਡੀਓ ਬਹੁਤ ਵਾਇਰਲ ਹੋ ਜਾਂਦੀ ਹੈ ਅਤੇ ਕੋਈ ਮੇਰੇ ਵਰਗਾ ਭੂਸ਼ਣ ਧਿਆਨਪੁਰੀ ਦੀ ਕਵਿਤਾ ਪੜ੍ਹੇ ਅਤੇ ਉਹਨੂੰ ਕੋਈ ਨਹੀਂ ਸੁਣਦਾ ਅਤੇ ਪਰ ਆਪਣਾ ਆਪਣਾ ਫਰਜ਼ ਅਸੀਂ ਨਿਭਾਉਣਾ ਕੋਈ ਸੁਣੇ ਕੋਈ ਨਾ ਸੁਣੇ ਇਹਦਾ ਨਹੀਂ ਮਤਲਬ ਹੁੰਦਾ। ਇੱਕ ਮੈਨੂੰ ਕਿਸੇ ਨੇ ਕਮੈਂਟ ਭੇਜਿਆ ਸੀ, ਪਤਾ ਨਹੀਂ ਈਮੇਲ ਭੇਜੀ ਸੀ ਕਿ ਯਾਰ ਸੁਰਜੀਤ ਪਾਤਰ ਹੋਣਾ ਦੀ ਜਿਹੜੀ ਇੰਟਰਵਿਊ ਸੁਣੀ ਆ ਪੋਡਕਾਸਟ ਸੁਣੀ ਆ ਉਹ ਦੇਖ ਕੇ ਉਹ ਸੁਣ ਕੇ ਮਨ ਉਦਾਸ ਹੋ ਗਿਆ ਕਿ ਪੰਜਾਬ ਵਿੱਚ ਪੰਜਾਬੀ ਦੀ ਆਹ ਹਾਲਤ ਆ, ਇਹਦੇ ਨਾਲ ਤਾਂ ਆਪਾਂ ਬਾਹਰੇ ਚੰਗੇ ਹਾਂ। ਅਤੇ ਪਰ ਇਹ ਨਹੀਂ ਗੱਲ ਹੈ ਕਿ ਪੰਜਾਬ ਕੋਈ, ਪਹਿਲੀ ਗੱਲ ਤਾਂ ਕੋਈ ਪੰਜਾਬ ਸਰਹੱਦਿਆਂ ਵਾਲੀ ਚੀਜ਼ ਨਹੀਂ ਹੈਗੀ, ਪੰਜਾਬ ਤਾਂ ਪੰਜਾਬੀਆਂ ਦੇ ਮਨ 'ਚ ਵੱਸਦਾ। ਮੈਂ ਇਸ ਵੇਲੇ ਇੱਥੇ ਅਮਰੀਕਾ ਦੇ ਵਿੱਚ ਜੰਗਲਾਂ 'ਚ ਬੈਠਾ, ਮੇਰਾ ਖਿਆਲ ਜੇ ਮੈਂ ਇੱਥੋਂ, ਪਤਾ ਨਹੀਂ ਮੈਨੂੰ ਉੱਦਾਂ ਪਤਾ ਨਹੀਂ, ਬਹੁਤ ਥਾਂ ਪੰਜਾਬੀ ਰਹਿੰਦੇ ਆ ਪਰ ਜਿਹੜੇ ਮੈਨੂੰ ਇੱਥੇ ਪੰਜਾਬੀ ਜਾਣਦੇ ਉਹ ਘੱਟੋ ਘੱਟ ਵੀ ਮੇਰੇ ਤੋਂ 20 ਮੀਲ ਦੂਰ ਆ, ਇੱਥੇ ਕੋਈ ਪੰਜਾਬੀ ਨਹੀਂ ਰਹਿ ਰਿਹਾ। ਪਰ ਮੈਂ ਇੱਥੇ ਬੈਠ ਕੇ ਦੇਖੋ ਕੈਸੀਆਂ ਪੰਜਾਬੀ ਦੀਆਂ ਗੱਲਾਂ ਕਰ ਰਿਹਾ। ਸੋ ਕਿਉਂਕਿ ਮੇਰਾ ਦਿਲ ਪੰਜਾਬੀ ਆ ਅਤੇ ਮੇਰੇ ਅੰਦਰ ਪੰਜਾਬੀ ਬੋਲਦੇ ਆ, ਮੈਨੂੰ ਸੁਪਨੇ ਪੰਜਾਬੀ ਆਉਂਦੇ ਆ, ਅਤੇ ਜਿੰਨਾ ਚਿਰ ਅਸੀਂ ਹੈਗੇ ਹਾਂ ਉੱਨਾ ਚਿਰ ਪੰਜਾਬੀ ਕਿੱਥੇ ਨੂੰ ਚੱਲੀ ਹੈ ਕਿਤੇ ਨਹੀਂ ਜਾਂਦੀ। ਅਤੇ ਨਾਲੇ ਆਪਾਂ ਇਹਦੇ ਬਾਰੇ ਲੱਗੇ ਰਹੀਏ ਪਰ ਫਿਰ ਵੀ ਭਾਸ਼ਾ ਬਚਾਇਆ ਨਹੀਂ ਬਚਦੀ ਹੁੰਦੀ। ਇੱਦਾਂ ਨਹੀਂ ਹੁੰਦਾ ਕਿ ਮੈਂ ਸੋਚਣਾ ਕਿ ਜੀ ਮੈਂ ਕੋਈ ਆਹ ਬੜੀ ਮੱਲ ਮਾਰ ਦੇਣੀ ਇਹਦੇ ਨਾਲ ਪੰਜਾਬੀ ਵੱਜ ਜਾਣੀ, ਇੱਦਾਂ ਨਹੀਂ ਹੁੰਦਾ। ਸੁਸਾਇਟੀ ਆ ਜਿਹੜੀ ਉਹਦੇ ਵਿੱਚ ਜਿਸ ਭਾਸ਼ਾ ਦੀ ਜਿਹਨੂੰ ਲੋੜ ਹੋਣੀ ਆ ਉਹਦੇ ਨਾਲ ਹੀ ਭਾਸ਼ਾ ਬਚਣੀ ਆ, ਜਿਸ ਕੰਮ ਕਰਨ ਦੀ ਲੋੜ ਹੋਣੀ ਉਹਦੇ ਨਾਲ ਹੀ ਉਹ ਕੰਮ ਬਚਣਾ। ਤੁਸੀਂ ਦੇਖ ਲਓ ਕਿ ਜੇ ਹੁਣ ਪੁਰਾਣੇ ਜਿਹੜੇ ਬਣਾਉਂਦੇ ਹੁੰਦੇ ਸੀ ਪਿੱਤਲ ਦੀਆਂ ਪਰਾਤਾਂ ਅਤੇ ਲੋਹੀਆਂ ਸੌ ਕੁਛ ਬਣਦਾ ਸੀ, ਗੰਢ ਕੜਾਹੇ ਟਿੰਡਾਂ ਖੂਹ ਦੀਆਂ, ਉਹ ਬਣਾਉਣ ਵਾਲੇ ਕਿੱਥੇ ਗਏ? ਕਿਉਂਕਿ ਉਹਨਾਂ ਦੀਆਂ, ਉਹਨਾਂ ਚੀਜ਼ਾਂ ਦੀਆਂ ਜ਼ਰੂਰਤਾਂ ਨਹੀਂ ਰਹੀਆਂ, ਉਹ ਖਤਮ ਹੋ ਗਈਆਂ। ਇਸੇ ਤਰੀਕੇ ਨਾਲ ਹੈਗਾ ਆ ਭਾਸ਼ਾ। ਇਸੇ ਤਰੀਕੇ ਨਾਲ ਇੱਥੇ ਤੱਕ ਵੀ ਸਾਇੰਸਦਾਨ ਕਹਿੰਦੇ ਆ ਕਿ ਜਦੋਂ ਕਿਸੇ ਵਕਤ ਰੋਬੋਟ ਇੰਨੇ ਤੇਜ਼ ਹੋ ਗਏ ਕਿ ਸਾਰੇ ਕੰਮ ਉਹ ਕਰਨ ਲੱਗ ਪਏ, ਸ਼ਾਇਦ ਬੰਦੇ ਦੀ ਵੀ ਜ਼ਰੂਰਤ ਨਾ ਰਹੇ, ਬੰਦੇ ਦੀ ਭਾਸ਼ਾ, ਬੰਦੇ ਦੇ ਕਲਚਰ, ਬੰਦੇ ਦੀਆਂ ਸੋਚਾਂ, ਉਹਨਾਂ ਦੀਆਂ ਤਾਂ ਗੱਲਾਂ ਹੀ ਛੱਡੋ। ਸੋ ਸਾਨੂੰ ਕੀ ਚਾਹੀਦਾ ਕਿ ਅਸੀਂ ਉਸ ਚੀਜ਼ ਨੂੰ ਜਿਹਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ ਉਹਨੂੰ ਅਸੀਂ ਜ਼ਰੂਰੀ ਬਣਾਈਏ। ਜ਼ਰੂਰੀ ਬਣਾਉਣ ਦਾ ਮਤਲਬ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੋਵੇ। ਜਿੰਨਾ ਚਿਰ ਤੱਕ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਆ ਉਨਾ ਚਿਰ ਉਹ ਬਚੀਆਂ ਰਹਿਣੀਆਂ। ਅਤੇ ਜੇ ਤੁਸੀਂ ਜਿੱਦਾਂ ਹੁਣ ਪੰਜਾਬੀ ਪੋਡਕਾਸਟ ਸੁਣਦੇ, ਬਹੁਤ ਪੰਜਾਬੀ ਦਾ ਕੰਟੈਂਟ ਅੱਜ ਕੱਲ੍ਹ ਹੋ ਗਿਆ ਅਤੇ ਉਹਨੂੰ ਸੁਣੋ। ਅਤੇ ਜਿਹੜੇ ਵਧੀਆ ਕੰਮ ਕਰਨਾ ਚਾਹੁੰਦੇ ਆ ਉਹਨਾਂ ਲਈ ਵੀ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਕਈ ਵਾਰੀ ਉਹ ਵਧੀਆ ਕਰਨ ਦੀ ਆੜ ਦੇ ਵਿੱਚ ਆਪਣੀ ਜਿਹੜਾ ਆਪਣਾ ਗਿਆਨ ਆ ਉਹਦੀ ਟੌਹਰ ਦੂਜਿਆਂ 'ਤੇ ਦੱਸਣ ਲਈ ਉਹਨੂੰ ਜ਼ਿਆਦਾ ਮੁਸ਼ਕਲ ਕਰ ਦਿੰਦੇ ਆ ਅਤੇ ਉਹ ਫਿਰ ਉਹ ਵੀ ਗੱਲ ਅਗਲੇ ਦਾ ਮਨ ਨਹੀਂ ਲੱਗਦਾ ਉਹਦੇ ਨਾਲ। ਅਤੇ ਗੱਲ ਕਰਦਿਆਂ ਗੱਲ ਵਿੱਚ ਮਨ ਜ਼ਰੂਰ ਲੱਗਣਾ ਚਾਹੀਦਾ ਪਰ ਭਾਸ਼ਾ ਪੰਜਾਬੀ ਇੱਦਾਂ ਨਹੀਂ ਮਰਦੀ। ਇੱਕ ਸੁਰਜੀਤ ਪਾਤਰ ਹੋਣਾ ਦੀ ਕਵਿਤਾ, ਉਹਦਾ ਨਾਮ ਨਹੀਂ ਮੈਨੂੰ ਚੇਤਾ ਕਿ ਉਹ ਮਰ ਰਹੀ ਹੈ ਮੇਰੀ ਭਾਸ਼ਾ, ਕੁਛ ਇਸ ਤਰੀਕੇ ਨਾਲ ਉਹ ਸ਼ੁਰੂ ਹੁੰਦੀ ਆ। ਉਹਦੇ ਵਿੱਚ ਉਹਨਾਂ ਨੇ ਤਿੰਨ ਪੱਖ ਪੇਸ਼ ਕੀਤੇ ਆ, ਇੱਕ ਤਰੀਕੇ ਨਾਲ ਤਿੰਨ ਬੰਦੇ ਜਿੱਦਾਂ ਕਹਿ ਲਓ ਕੋਈ ਗੱਲ ਕਰਦੇ ਹੋਊਗੇ। ਅਤੇ ਉਹਦੇ ਵਿੱਚ ਪਹਿਲਾ ਬੰਦਾ ਦੱਸ ਰਿਹਾ ਕਿ ਉਦਾਸੀ ਵਾਲਾ ਕੰਮ, ਹਾਇਓ ਸਾਡੀ ਭਾਸ਼ਾ ਮਰ ਰਹੀ ਹੈ। ਅਤੇ ਦੂਜਾ ਬੰਦਾ ਉਹਦੇ ਵਿੱਚ ਉਹ ਲੌਜੀਕਲੀ ਕਹਿ ਰਿਹਾ ਵੀ ਕਿਉਂ ਮਰ ਰਹੀ ਹੈ। ਅਤੇ ਤੀਜਾ ਬੰਦਾ ਕਹਿ ਰਿਹਾ ਕਿ ਆਪਾਂ ਇਹਨੂੰ ਬਚਾਉਣਾ ਕਿੱਦਾਂ। ਅਤੇ ਮੈਨੂੰ ਜੇ ਤੁਸੀਂ ਫਿਰ ਹੁਣ ਇੱਕ ਸਕਿੰਟ ਦਿਓ, ਤੁਹਾਨੂੰ ਤਾਂ ਸਕਿੰਟ ਨਹੀਂ, ਤੁਹਾਨੂੰ ਤਾਂ ਨਾਲੇ ਜੁੜ ਜਾਣਾ, ਮੈਂ ਉਹ ਕਵਿਤਾ ਲੱਭ ਕੇ ਅਤੇ ਜਾਂਦੇ ਜਾਂਦੇ ਉਹ ਕਵਿਤਾ ਵੀ ਤੁਹਾਡੇ ਨਾਲ ਸਾਂਝੀ ਕਰ ਜਾਵਾਂ। ਕਵਿਤਾ ਦਾ ਨਾਮ ਹੈ ਮਰ ਰਹੀ ਹੈ ਮੇਰੀ ਭਾਸ਼ਾ। ਪਹਿਲਾ ਬੰਦਾ ਕਹਿ ਰਿਹਾ, ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ, ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ। ਅੰਮ੍ਰਿਤ ਵੇਲਾ ਨੂਰ ਪਹਿਰ ਦਾ ਤੜਕਾ, ਧੰਮੀ ਵੇਲਾ ਪੌ ਫਟਾਲਾ, ਸ਼ਾਹ ਵੇਲਾ ਸੂਰਜ ਸਵਾ ਨੇਜ਼ੇ, ਟਿੱਕੀ ਦੁਪਹਿਰ ਲੋਡਾ ਵੇਲਾ, ਲੋਏ ਲੋਏ ਸੂਰਜ ਖੜ੍ਹੇ ਖੜ੍ਹੇ, ਤਰਕਾਲਾਂ ਡੂੰਘੀਆਂ ਸ਼ਾਮਾਂ, ਦੀਵਾ ਬੱਟੀ ਖੋ ਪੀਆ, ਕੌੜਾ ਸੋਤਾ ਢਲਦੀਆਂ ਖਿੱਤੀਆਂ, ਤਾਰੇ ਦਾ ਚੜ੍ਹਾ ਚਿੜੀ ਚੂਕਦੀ ਨਾਲ, ਸਾਜਰਾ ਸਵਖਤਾ ਸਰਗੀ ਵੇਲਾ।
ਘੜੀਆਂ ਪੈਰ ਬਿੰਦ ਪਲ ਛਿਣ ਨਿਮਖ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ। ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ, ਹਰ ਹੱਟ ਦੀ ਮਾਲਾ, ਕੁੱਤੇ ਦੀ ਟਿਕ ਟਿਕ, ਚੰਨੇ ਦਾ ਓਲਾ, ਗਾਦੀ ਦੇ ਹੂਟੇ, ਕਾਂਜਣ ਨਿਸਾਰ ਔਲੂ, ਚੱਕਲੀਆਂ ਬੂੜੇ, ਭਰ ਭਰ ਡੁੱਲਦੀਆਂ ਟਿੰਡਾਂ, ਇਹਨਾਂ ਸਭਨਾਂ ਨੇ ਤਾਂ ਰੁੜ ਹੀ ਜਾਣਾ ਸੀ। ਟਿਊਬਵੈੱਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ। ਹੈਰਾਨੀ ਤਾਂ ਇਹ ਹੈ ਕਿ ਅੰਮੀ ਅਤੇ ਅੱਬਾ ਵੀ ਨਹੀਂ ਰਹੇ, ਬੀਜੀ ਅਤੇ ਪਾਪਾ ਜੀ ਵੀ ਤੁਰ ਗਏ। ਦਦੇਸਾਂ ਫਫੇਸਾਂ ਮਮੇਸਾਂ ਦੀ ਤਾਂ ਗੱਲ ਹੀ ਛੱਡੋ, ਕਿੰਨੇ ਰਿਸ਼ਤੇ ਸਿਰਫ ਆਂਟੀ ਅਤੇ ਅੰਕਲ ਨੇ ਕਰ ਦਿੱਤੇ ਹਾਲੋ ਬਿਹਾਲ। ਅਤੇ ਕੱਲ੍ਹ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਬਾਲ, ਪਾਪਾ ਆਪਣੇ ਟਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਹਾਂ ਬੇਟਾ, ਆਪਣੇ ਟਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਮਰ ਰਹੀ ਹੈ ਆਪਣੀ ਭਾਸ਼ਾ, ਪੱਤਾ ਪੱਤਾ, ਸ਼ਬਦ ਸ਼ਬਦ। ਹੁਣ ਤਾਂ ਰੱਬ ਹੀ ਰਾਖਾ ਹੈ ਮੇਰੀ ਭਾਸ਼ਾ ਦਾ, ਪਰ ਰੱਬ ਤਾਂ ਆਪ ਪਿਆ ਹੈ ਮਰਨਹਾਰ। ਦੌੜੀ ਜਾ ਰਹੀ ਹੈ ਉਸਨੂੰ ਛੱਡ ਕੇ ਉਸਦੀ ਭੁੱਖੀ ਸੰਤਾਨ ਗੌਡ ਦੀ ਪਨਾਹ ਵਿੱਚ। ਮਰ ਰਹੀ ਹੈ ਮੇਰੀ ਭਾਸ਼ਾ, ਮਰ ਰਹੀ ਹੈ ਬਾਈ ਗੋਡ। ਅਤੇ ਹੁਣ ਦੂਜੀ ਆਵਾਜ਼, ਇਹ ਹੈ ਲੌਜੀਕਲ ਆਵਾਜ਼ ਕਿ ਕਿਉਂ ਮਰ ਰਹੀ ਭਾਸ਼ਾ। ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ, ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ, ਇਸ ਸ਼ਰਤ 'ਤੇ ਵੀ ਕਿ ਮਰਦੀ ਹੈ ਤਾਂ ਮਰ ਜਾਏ ਭਾਸ਼ਾ। ਕਿ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਕਿ ਭਾਸ਼ਾ ਦਾ? ਹਾਂ, ਜਾਣਦਾ ਹਾਂ ਤੁਸੀਂ ਕਹੋਗੇ ਇਸ ਸ਼ਰਤ 'ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ, ਪਰ ਕੀ ਉਹ ਬੰਦਾ ਰਹੇਗਾ? ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਆਪ ਹੀ ਦੱਸੋ। ਹੁਣ ਜਦੋਂ ਦਾਣੇ ਦਾਣੇ ਉੱਪਰ ਖਾਣੇ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ, ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ ਕਿ ਉਸਦੇ ਧੀਆਂ ਪੁੱਤਰ ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿੱਚ ਬੈਠੇ ਰਹਿਣ? ਜਿਉਂਦਾ ਰਹੇ ਮੇਰਾ ਬੱਚਾ, ਮਰਦੀ ਹੈ ਤਾਂ ਮਰ ਜਾਏ ਤੁਹਾਡੀ ਬੁੱਢੜੀ ਭਾਸ਼ਾ। ਹੁਣ ਇੱਕ ਤੀਜਾ ਬੰਦਾ, ਇੱਕ ਤੀਜੀ ਆਵਾਜ਼, ਇਹ ਹੈ ਕਿ ਕੀ ਹੋ ਸਕਦਾ? ਨਹੀਂ, ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਭਾਸ਼ਾ, ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ। ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ, ਅਤੇ ਸ਼ਬਦ ਕਦੀ ਮਰਦੇ ਵੀ ਨਹੀਂ। ਮਰ ਵੀ ਜਾਣ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿੱਚ। ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਇਹ ਸ਼ਬਦਾਂ ਦਾ ਪਰਲੋਕ। ਅਸੀਂ ਵੀ ਜਾ ਸਕਦੇ ਹਾਂ ਜਿਉਂਦੇ ਜਾਗਦੇ ਸ਼ਬਦਾਂ ਦੇ ਪਰਲੋਕ ਵਿੱਚ, ਉੱਥੇ ਉਹਨਾਂ ਦੇ ਪਰਿਵਾਰ ਵਸੇ ਹੁੰਦੇ ਨੇ, ਮੇਲੇ ਲੱਗੇ ਹੁੰਦੇ ਨੇ ਉੱਥੇ ਸ਼ਬਦਾਂ ਦੇ, ਮਰ ਚੁੱਕੇ ਲੇਖਕਾਂ ਦੀਆਂ ਜਿਉਂਦੀਆਂ ਕਿਤਾਬਾਂ ਵਿੱਚ ਰੱਬ ਨਹੀਂ ਤਾਂ ਨਾ ਸਹੀ, ਸਤਿਗੁਰ ਇਸ ਦੇ ਸਹਾਈ ਹੋਣਗੇ, ਇਸ ਨੂੰ ਬਚਾਉਣਗੇ। ਸੂਫੀ ਸੰਤ ਫਕੀਰ ਸ਼ਾਇਰ ਨਾਬਰ ਆਸ਼ਕ ਜੋਧੇ ਮੇਰੇ ਲੋਕ ਅਸੀਂ ਆਪਾਂ, ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਭਾਸ਼ਾ। ਸੋ ਬਸ ਜੀ, ਇਹ ਗੱਲ ਹੈ ਕਿ ਪੰਜਾਬੀ ਜਿਉਂਦੀ ਹੈ, ਪੰਜਾਬੀ ਕਵਿਤਾ ਵਿੱਚ ਜਿਉਂਦੀ ਹੈ, ਪੰਜਾਬੀ ਸਾਡੇ ਹਿਰਦਿਆਂ ਵਿੱਚ ਜਿਉਂਦੀ ਹੈ, ਪੰਜਾਬੀ ਕਿਤਾਬਾਂ ਵਿੱਚ ਜਿਉਂਦੀ ਹੈ, ਪੰਜਾਬੀ ਇਤਿਹਾਸ ਵਿੱਚ ਜਿਉਂਦੀ ਹੈ। ਅਤੇ ਆਪਾਂ ਜੇ ਉਸ ਇਤਿਹਾਸ ਨੂੰ, ਉਸ ਸਾਹਿਤ ਨੂੰ ਅਤੇ ਆਪਣੇ ਆਪ ਨੂੰ ਇੱਕ ਪੰਜਾਬੀ ਹੋ ਕੇ ਦੁਨੀਆ ਦੇ ਵਿੱਚ ਵਿਚਰਨ ਦਾ ਵਾਅਦਾ ਕਰੀਏ ਤਾਂ ਪੰਜਾਬੀ ਕਿਤੇ ਨਹੀਂ ਚੱਲੀ। ਬਸ ਸਾਨੂੰ ਇਹੀ ਦੇਖਣਾ ਚਾਹੀਦਾ ਕਿ ਸਾਡਾ ਜਿਹੜਾ ਸੱਭਿਆਚਾਰ ਆ, ਸਾਡਾ ਜਿਹੜਾ ਰਹਿਣ ਦਾ ਤਰੀਕਾ, ਉਹ ਨਵੇਕਲਾ ਹੀ ਨਾ ਹੋਵੇ, ਸਗੋਂ ਇੰਨਾ ਵਧੀਆ ਹੋਵੇ ਕਿ ਬਾਕੀ ਦੇ ਲੋਕ, ਬਾਕੀ ਦੇ ਸੱਭਿਆਚਾਰ ਵਾਲੇ ਕਹਿਣ ਯਾਰ ਉਹ ਦੇਖੋ ਕਿੰਨਾ ਵਧੀਆ ਕਰਦੇ ਆ, ਆਪਾਂ ਇਹ ਕੰਮ ਉਹਨਾਂ ਵਾਂਗ ਕਰੀਏ। ਅਤੇ ਜੇ ਬਸ ਇੱਦਾਂ ਹੋਣ ਲੱਗ ਪਿਆ ਤਾਂ ਫਿਰ ਪੰਜਾਬੀ ਸਾਰੀ ਦੁਨੀਆ ਵਿੱਚ ਫੈਲੂਗੀ, ਪੰਜਾਬੀ ਸਾਰੀ ਮਨੁੱਖਤਾ ਵਿੱਚ ਫੈਲੂਗੀ, ਤੇਰੀ ਚੜ੍ਹਦੀ ਕਲਾ ਰਹੂਗੀ। ਇੱਕ ਵਾਰ ਫਿਰ ਮੈਂ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਦੋਂ ਅਸੀਂ ਪੰਜਾਬੀ ਪੋਡਕਾਸਟ ਸ਼ੁਰੂ ਕੀਤੀ ਸੀ ਪਤਾ ਨਹੀਂ ਸੀਗਾ ਕਿ 50 ਐਪੀਸੋਡ ਹੋ ਜਾਣੇ ਆ, ਅਤੇ ਅੱਜ ਇਹ 50ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਮੈਨੂੰ ਬਹੁਤ ਪੇਸ਼ ਕਰਦੇ ਨੂੰ ਖੁਸ਼ੀ ਹੋ ਰਹੀ ਆ। ਮੈਨੂੰ ਆਪ ਨਹੀਂ ਯਕੀਨ ਕਿ ਮੈਂ 50 ਐਪੀਸੋਡ ਰਿਕਾਰਡ ਕਰ ਦਿੱਤੇ ਇਹਦੇ, ਅਤੇ ਮੈਨੂੰ ਆਸ ਹੈ ਕਿ ਇਸੇ ਤਰੀਕੇ ਨਾਲ ਅਗਲੇ ਸਾਲ ਦੇ ਵਿੱਚ ਆਪਾਂ ਹੋਰ 50 ਐਪੀਸੋਡ ਰਿਕਾਰਡ ਕਰਾਂਗੇ।
ਹੋਰ ਵਧੀਆ ਵਧੀਆ ਆਰਟਿਸਟਾਂ ਨਾਲ, ਵਧੀਆ ਵਧੀਆ ਇਨਸਾਨਾਂ ਨਾਲ, ਵਧੀਆ ਵਧੀਆ ਸ਼ਖਸੀਅਤਾਂ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਤੁਸੀਂ ਪੰਜਾਬੀ ਪੋਡਕਾਸਟ ਨੂੰ ਦੇਖਦੇ ਰਹੋ, ਸੁਣਦੇ ਰਹੋ ਅਤੇ ਇਹਨੂੰ ਸ਼ੇਅਰ ਵਗੈਰਾ ਕਰਕੇ ਸਾਨੂੰ ਹੌਸਲਾ ਦਿੰਦੇ ਰਹੋ। ਜਿਸ ਤਰੀਕੇ ਨਾਲ ਮੈਂ ਕਿਹਾ ਕਿ ਭਾਸ਼ਾ ਇੱਦਾਂ ਬਚਦੀ ਹੁੰਦੀ ਆ, ਕੋਈ ਵੀ ਚੀਜ਼ ਇੱਦਾਂ ਬਚਦੀ ਹੁੰਦੀ ਆ। ਹੁਣ ਕੋਈ ਕਲਾਕਾਰ ਵੀ ਇਸੇ ਕਰਕੇ ਬਚਦਾ, ਜੇ ਕੋਈ ਉਹਦਾ ਗੀਤ ਸੁਣ ਲਵੇ ਤਾਂ ਉਹਨੂੰ ਖੁਸ਼ੀ ਹੁੰਦੀ, ਉਹ ਅਗਲਾ ਬਣਾਉਣ ਲੱਗ ਪੈਂਦਾ। ਇਸੇ ਤਰੀਕੇ ਨਾਲ ਇਹ ਪੋਡਕਾਸਟ ਆ, ਜੇ ਇਹਦੇ ਐਪੀਸੋਡ ਚੱਲਦੇ ਰਹਿਣਗੇ ਤਾਂ ਸਾਨੂੰ ਖੁਸ਼ੀ ਹੁੰਦੀ ਕਿ ਕੋਈ ਨਾ ਕੋਈ ਸੁਣ ਰਿਹਾ, ਦੇਖ ਰਿਹਾ, ਕੋਈ ਕਮੈਂਟ ਕਰ ਰਿਹਾ, ਕਿਸੇ ਨੂੰ ਪਸੰਦ ਆ ਰਿਹਾ, ਕਿਸੇ ਦਾ ਦਿਲ ਲੱਗ ਰਿਹਾ। ਬਸ ਇੰਨੀ ਕਈ ਅਸੀਂ ਆਸ ਰੱਖਦੇ ਹਾਂ ਕਿ ਮਨੋਰੰਜਕ ਗੱਲ ਲੱਗੇ। ਅਤੇ ਜੇ ਤੁਹਾਨੂੰ ਇਹ ਐਪੀਸੋਡ ਪਸੰਦ ਆਇਆ ਤਾਂ ਇਹ ਵੀ ਸਾਨੂੰ ਕਮੈਂਟ ਕਰਕੇ ਅਤੇ ਮੈਸੇਜ ਛੱਡ ਕੇ ਜਿਸ ਤਰੀਕੇ ਨਾਲ ਵੀ ਮਰਜ਼ੀ ਤੁਸੀਂ ਆਪਣੇ ਵਿਚਾਰ ਸਾਡੇ ਤੱਕ ਪਹੁੰਚਾਓ ਅਤੇ ਸਾਨੂੰ ਹੌਸਲਾ ਦਿਓ ਤਾਂ ਕਿ ਅਸੀਂ ਪੰਜਾਬੀ ਪੋਡਕਾਸਟ ਨੂੰ ਜਾਰੀ ਰੱਖ ਸਕੀਏ। ਅਤੇ ਇੱਥੇ ਮੈਨੂੰ ਇਜਾਜ਼ਤ ਦਿਓ ਅਤੇ ਅਗਲੇ ਹਫ਼ਤੇ ਪਹਿਲਾਂ ਹੀ ਆਪਾਂ ਰਿਕਾਰਡ ਕੀਤੇ ਹੋ ਕੁਝ ਐਪੀਸੋਡ ਉਹ ਆਉਣਗੇ ਅਤੇ ਫਿਰ ਆਪਾਂ 51ਵੇਂ ਐਪੀਸੋਡ ਤੋਂ 52ਵੇਂ ਤੋਂ ਜੋ ਵੀ ਜਿੱਥੇ ਤੱਕ ਵੀ ਰਿਕਾਰਡ ਹੋਏ ਉਹ ਤੋਂ ਬਾਅਦ ਫਿਰ ਆਪਾਂ ਨਵੇਂ ਕਰਾਂਗੇ। ਅਤੇ ਆਪਾਂ ਪੰਜਾਬੀ ਵਿਰਸਾ 2022 ਲੈ ਕੇ ਵੀ ਆ ਰਹੇ ਹਾਂ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਉਹ ਵੀ ਸਾਡੇ ਜੁਲਾਈ ਦੇ ਅਖੀਰ ਦੇ ਵਿੱਚ ਅਤੇ ਅਗਸਤ ਤੋਂ ਸ਼ੋਅ ਸ਼ੁਰੂ ਨੇ। ਅਤੇ ਆਪਾਂ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾ ਕੇ ਵੀ ਉਹੀ ਗੱਲ ਕਰਨੀ ਆ ਜਿਹੜੀ ਆਪਾਂ ਇੱਥੇ ਬੈਠ ਕੇ ਕਰਦੇ ਹਾਂ, ਪੰਜਾਬੀ ਦੀ, ਪੰਜਾਬੀ 'ਚ ਦਿਲ ਲਾਉਣਾ, ਆਪਣਾ ਮਨ ਪਰਚਾਉਣਾ ਅਤੇ ਪੰਜਾਬੀ ਭਾਸ਼ਾ ਨੂੰ ਆਪਾਂ ਅੱਗੇ ਇਸੇ ਤਰੀਕੇ ਨਾਲ ਵਧਾਉਣਾ। ਸੁਣਨ ਲਈ ਬਹੁਤ ਬਹੁਤ ਧੰਨਵਾਦ।